ਸਨੀ ਦਿਓਲ ਤੋਂ ਹਾਰਨ ਤੋਂ ਬਾਅਦ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਨੇ। ਬੀਤੇ ਦਿਨੀ ਜਾਖੜ ਵੱਲੋਂ ਅਸਤੀਫਾ ਵੀ ਦਿੱਤਾ ਗਿਆ, ਹਾਲਾਂਕਿ ਪਾਰਟੀ ਵੱਲੋਂ ਮਨਜ਼ੂਰ ਨਹੀਂ ਕੀਤਾ ਗਿਆ। ਪਰ ਜਾਖੜ ਨੂੰ ਹੁਣ ਇੱਕ ਹੋਰ ਚਿੰਤਾ ਸਤਾਉਣ ਲੱਗ ਗਈ ਹੈ। ਕੀ ਹੈ ਉਹ ਚਿੰਤਾ, ਤੁਸੀਂ ਵੀ ਸੁਣੋ। ਸਨੀ ਦਿਓਲ ਤੋਂ ਮਿਲੀ ਹਾਰ ਤੋਂ ਬਾਅਦ ਸੁਨੀਲ ਜਾਖੜ ਨੂੰ ਇੱਕ ਵੱਡੀ ਚਿੰਤਾ ਸਤਾ ਰਹੀ ਹੈ, ਚਿੰਤਾ ਕਰਤਾਰਪੁਰ ਸਾਹਿਬ ਲਾਂਘੇ ਦੇ ਵਿਕਾਸ ਕਾਰਜਾਂ ਦੀ। ਹਾਰਨ ਤੋਂ ਬਾਅਦ ਅੱਜ ਪਹਿਲੀ ਵਾਰ ਪਠਾਨਕੋਟ ਪਹੁੰਚੇ ਸੁਨੀਲ ਜਾਖੜ ਨੇ ਦਾਅਵਾ ਕੀਤਾ ਕਿ ਗੁਰਦਾਸਪੁਰ ਹਲਕੇ ਦੇ ਵਿਕਾਸ ਕਾਰਜ ਬਿਨਾਂ ਕਿਸੇ ਰੁਕਾਵਟ ਦੇ ਪੰਜਾਬ ਸਰਕਾਰ ਕਰਵਾਏਗੀ। ਪਰ ਹਾਂ, ਇੱਕ ਗੱਲ ਦੀ ਚਿੰਤਾ ਉਹਨਾਂ ਨੂੰ ਜ਼ਰੂਰ ਸਤਾ ਰਹੀ ਹੈ ਕਿ ਕੇਂਦਰ ਸਰਕਾਰ ਇਹਨਾਂ ਵਿਕਾਸ ਕਾਰਜਾਂ 'ਚ ਕਿਸੇ ਕਿਸਮ ਦੀ ਰੁਕਾਵਟ ਨਾ ਪਾਏ। ਉਹਨਾਂ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਵਿਕਾਸ ਕਾਰਜਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਪਾਕਿਸਤਾਨ ਵਾਲੇ ਪਾਸੇ 90% ਵਿਕਾਸ ਕਾਰਜ ਨੇਪਰੇ ਚੜ ਚੁੱਕੇ ਨੇ, ਜਦਕਿ ਭਾਰਤ ਵਾਲੇ ਪਾਸੇ ਕੇਂਦਰ ਸਰਕਾਰ ਅਜੀਬ ਰਫ਼ਤਾਰ ਨਾਲ ਵਿਕਾਸ ਨਹੀਂ ਕਰਵਾ ਸਕੀ, ਜਿਸ ਕਾਰਨ ਉਹਨਾਂ ਨੂੰ ਇਸ ਗੱਲ ਦੀ ਚਿੰਤਾ ਸਤਾ ਰਹੀ ਹੈ। ਦੇਖਿਏ, ਕੈਪਟਨ ਅਮਰਿੰਦਰ ਸਿੰਘ ਜੀ ਦੀ ਰਹਿਨੁਮਾਈ ਮੇ ਜੋ ਜੋ ਕਾਮ ਚਾਲੂ ਕੀਏ ਗਏ ਹੈਂ, ਈਵਨ ਰੇਲਵੇ ਅੰਡਰ ਬ੍ਰਿਜ ਓਵਰ ਬ੍ਰਿਜ ਕੇ ਲਈ ਜੋ ਕਮਿਟਮੈਂਟ ਪੰਜਾਬ ਸਰਕਾਰ ਕੀ ਹੈ ਉਸਕੋ ਪੂਰਾ ਕਰਵਾਣੇ ਕਾ ਆਸ਼ਵਾਸਨ ਮੈਨੇ ਕਾਂਗਰਸ ਵਰਕਰਸ ਹਮਾਰੇ MLA ਔਰ ਕਾਂਗਰਸ ਕੇ ਨੁਮਾਇੰਦੇ ਕੇ ਸਾਥੀਓਂ ਕੋ ਦਿਆ ਹੈ। ਕਿਉਂਕਿ ਕੈਪਟਨ ਸਾਹਿਬ ਜੁਮਲੋਂ ਮੇਂ ਵਿਸ਼ਵਾਸ ਨਹੀਂ ਕਰਤੇ, ਕਾਮ ਮੇਂ ਵਿਸ਼ਵਾਸ ਕਰਤੇ ਹੈਂ। ਉਹਨੇ ਜੋ ਬਾਤ ਕਹਿ ਦਿਆ, ਜੋ ਪ੍ਰੋਜੈਕਟ ਚਾਲੂ ਕਰ ਦਿਆ, ਵੋ ਸਿਰੇ ਲਗੇਂਗੇ। ਕੇਂਦਰ ਸਰਕਾਰ ਕੀ ਤਰਫ ਸੇ ਕੋਈ ਅੜਚਨ ਨਾ ਲਗਾਈ ਜਾਏ, ਕਿਉਂਕਿ ਆਜ ਵੀ ਮੈਂ ਦੇਖ ਰਹਾ ਹੂੰ ਕਿ ਆਜ ਅਖਬਾਰ ਮੇਂ ਲਗਾ ਹੁਆ ਕਿ ਪਾਕਿਸਤਾਨ ਕੀ ਤਰਫ ਸੇ 90% ਕਾਮ ਕਰਤਾਰਪੁਰ ਕੋਰੀਡੋਰ ਕਾ ਕਰ ਦਿਆ ਗਿਆ ਹੈ, ਪਰੰਤੂ ਹਮਾਰੀ ਹਿੰਦੁਸਤਾਨ ਕੀ ਸਰਕਾਰ ਆਜ ਵੀ ਸੋ ਰਹੀ ਹੈ। ਇਸ ਤੋਂ ਇਲਾਵਾ ਜਾਖੜ ਨੇ ਪੰਜਾਬ 'ਚ ਵਧੇ ਬਿਜਲੀ ਦੇ ਰੇਟਾਂ ਨੂੰ ਲੈ ਕੇ ਵੀ ਸਾਬਕਾ ਅਕਾਲੀ BJP ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਪੰਜਾਬ ਕੇ ਲੋਕੋਂ ਕੋ ਅਵਗਤ ਕਰਾਨਾ ਚਾਹਤਾ ਹੂੰ ਕਿ ਯੇ ਰੇਟ ਬਢਾਣੇ ਕਾ ਜੋ ਕਾਮ ਹੈ, ਇਹ ਸਾਰੇ ਕਾ ਸਾਰਾ ਉਜਵਲਾ ਸਕੀਮ ਕੇ ਤਹਿਤ ਹਮਾਰੀ ਪੂਰਵ ਸਰਕਾਰ ਜੋ ਥੀ BJP ਅਕਾਲੀਓਂ ਕੀ ਸਰਕਾਰ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਚੰਦ ਸਾਹੂਕਾਰੋਂ ਕੋ ਫਾਇਦਾ ਦਿਲਵਾਣੇ ਕੇ ਲੀਏ ਜੋ ਸਮਝੌਤੇ ਕੀਏ ਕੇਂਦਰ ਸਰਕਾਰ ਕੇ ਤਹਿਤ, ਇਹਨੋਨੇ ਲਿਖਿਤ ਰੂਪ ਮੇਂ ਕਮਿਟਮੈਂਟ ਕੀ ਹੋਈ ਹੈ ਸੈਂਟਰਲ ਗਵਰਨਮੈਂਟ ਕੇ ਸਾਥ ਕਿ ਯੇ ਇਤਨੀ ਦਰ ਸੇ ਕੀਮਤੇਂ ਬੜਾਈ ਜਾਏਂਗੀ। ਡੈਫਰ ਕਰ ਦਿਆ, ਡਿਲੇ ਕਰ ਦਿਆ, ਇਹਨੋਨੇ ਆਪਣੇ ਗਲੇ ਕਾ ਸਾਂਪ ਉਤਾਰ ਕੇ ਕਾਂਗਰਸ ਕੇ ਗਲੇ ਮੇਂ ਡਾਲ ਗਏ, ਪਰੰਤੂ ਯੇ ਭੁੱਲ ਗਏ ਕਿ ਯੇ ਜੋ ਬੋਝ ਹੈ ਕਾਂਗਰਸ ਕੇ ਉੱਪਰ ਨਹੀਂ, ਪੰਜਾਬ ਕੀ ਜਨਤਾ ਕੇ ਉੱਪਰ ਡਾਲਾ ਹੈ, ਅਕਾਲੀਆਂ ਨੇ ਡਾਲਾ ਹੈ, ਅਕਾਲੀ ਨੇਤ੍ਰਿਤਵ ਨੇ ਡਾਲਾ ਹੈ BJP ਕੇ ਸਾਥ ਮਿਲ ਕੇ। ਜ਼ਿਕਰਯੋਗ ਹੈ ਕਿ ਸੁਨੀਲ ਜਾਖੜ ਅੱਜ ਪਠਾਨਕੋਟ ਦੇ ਲੋਕਾਂ ਦਾ ਧੰਨਵਾਦ ਕਰਨ ਲਈ ਪਹੁੰਚੇ ਹੋਏ ਸਨ, ਜਿੱਥੇ ਉਹਨਾਂ ਮੀਡੀਆ ਦੇ ਨਾਲ ਵੀ ਗੱਲਬਾਤ ਕੀਤੀ। ਪਠਾਨਕੋਟ ਤੋਂ ਸੰਜੀਵ ਮਗੋਤਰਾ, ਦੈਨਿਕ ਸਵੇਰਾ TV। ਸਾਰੀ ਸਾਰੀ ਰਾਤ